ਲੋਕੋ ਮੈਂ ਪੰਜਾਬ ਵਾਲਾ ਯੂਥ ਬੋਲਦਾ ਮੈਂ ਨਹੀਂ ਵਸਣਾ ਪੰਜਾਬ ਮੈਂ ਨਹੀਂ ਝੂਠ ਬੋਲਦਾ ਕਰੀ ਜੇ ਤਰੱਕੀ ਮੈਨੂੰ ਮਾਰ ਦੇਣਾ ਲੋਕਾਂ ਮੇਰੇ ਇਸੇ ਲਈ ਮੈਂ ਇਥੋਂ ਜਗਾ ਸੇਫ ਟੋਲਦਾ ਲੋਕੋ ਮੈਂ ਪੰਜਾਬ ਵਾਲਾ ਯੂਥ ਬੋਲਦਾ ਮੈਂ ਨਹੀਂ ਵਸਣਾ ਪੰਜਾਬ ਮੈਂ ਨਹੀਂ ਝੂਠ ਬੋਲਦਾ ਕਰੀ ਜੇ ਤਰੱਕੀ ਮੈਨੂੰ ਮਾਰ ਦੇਣਾ ਲੋਕਾਂ ਮੇਰੇ ਇਸ ਲਈ ਮੈਂ ਇੱਥੋਂ ਜਗਾ ਸੇਫ ਢੋਲਦਾ ਕੁਝ ਇੱਥੇ ਧਰਮੀ ਲੜਾਉਣਾ ਚਾਉਂਦੇ ਐ ਕੁਝ ਟੌਟ ਸਰਕਾਰੀ ਮਰਵਾਉਣਾ ਚਾਉਂਦੇ ਐ ਕੂੜੇ ਇੱਥੇ ਮੀਡੀਆ ਦਾ ਰੌਲਾ ਰੱਪਾਏ ਤੇ ਸੱਚ ਨਾ ਹਮੇਸ਼ਾ ਇੱਥੇ ਹੁੰਦਾ ਧੱਕਾ ਐ ਗੂੰਗੀ ਬੋਲੀ ਅੰਨੀ ਸਾਡੀ ਸਰਕਾਰ ਜੀ ਤੇ ਸ਼ਰਿਆਮ ਚੱਲੇ ਇੱਥੇ ਗੈਂਗਵਾਰ ਜੀ ਆਪਣੇ ਹੀ ਸਾਹਾਂ ਦੀ ਸਪੋਰਟ ਬਾਕੀਆ ਇੱਥੇ ਹਰ ਦੂਜਾ ਬੰਦਾ ਜ਼ਹਿਰ ਘੋਲਦਾ ਲੋਕੋ ਮੈਂ ਪੰਜਾਬ ਵਾਲਾ ਯੂਥ ਬੋਲਦਾ ਮੈਂ ਨਹੀਂ ਵਸਣਾ ਪੰਜਾਬ ਮੈਂ ਨਹੀਂ ਝੂਠ ਬੋਲਦਾ ਕਰੀ ਜੇ ਤਰੱਕੀ ਮੈਨੂੰ ਮਾਰ ਦੇਣਾ ਲੋਕਾਂ ਮੇਰੇ ਇਸੇ ਲਈ ਮੈਂ თੂ ਜਗਾ ਸੇਫ ਟੋਲਦਾ ਵਾਜੂ ਬਾਬਾ ਮੇਰੇ ਖਿਆਲ ਦੇ ਵਿੱਚ ਕਾਫੀ ਜਿਹੜੇ ਸਾਰੇ ਜਿਹੜੇ ਤੁਸੀਂ ਮੁੱਦੇ ਚੱਕਣ ਦੀ ਕੋਸ਼ਿਸ਼ ਕੀਤੀ ਆ ਜਿਹੜੇ ਬਾਕੀ ਜਿਹੜੇ ਪਹਿਰੇ ਬਚ ਗਏ ਆ ਕੁਝ ਚਾਨਣਾ ਪਾ ਸਕਦਾ हूं ਕਿ ਇਸ ਤੋਂ ਇਲਾਵਾ ਹੋਰ ਕਿਹੜੇ ਕਿਹੜੇ ਮੁੱਦਿਆਂ ਦੇ ਬਾਰੇ ਜ਼ਿਕਰ ਕੀਤਾ ਤੁਸੀਂ ਬਿਲਕੁਲ ਜੀ ਢਾਕੇ ਚਾਨਣਾ ਪਾਵਾਂ ਜਾਂ ਵੈਸੇ ਗੱਲਾਂ ਬਾਤਾਂ ਦੇ ਜ਼ਰੀਏ ਜੀ ਜੀ ਢਾਕੇ ਹੀ ਪਾ ਦوں ਤਾਂ ਸ਼ਾਇਦ ਜ਼ਿਆਦਾ ਬਿਹਤਰ ਹੋਊਗਾ ਮੇਰੇ ਖਿਆਲ 'ਚ ਬਿਲਕੁਲ ਜ਼ਰੂਰ ਜੀ ਜੀ ਉਸ ਤੋਂ ਕਿ ਹਰ ਇੱਕ ਪਾਰਟੀ ਦੇ ਗੈਂਗ ਵੱਖਰੇ Hindu Muslim Sikh na Isai ikre ਨਸ਼ਿਆਂ ਤੇ ਪੈਸੇ ਪਿੱਛੇ ਰੋਂਗ ਹੋ ਗਏ ਤੇ ਗੰਦਲੇ ਪੰਜਾਬ ਦੇ ਬਲੌਂਗ ਹੋ ਗਏ ਮੰਦਰ ਮਸਜਿਦ ਚਰਚਾਂ ਤੇ ਹਮਲੇ ਤੇ ਗੁਰੂ ਦੇ ਗ੍ਰੰਥਾਂ ਨੂੰ ਪੈਗੇ ਕਮਲੇ ਭੁੱਲ ਕੇ ਵੀ ਭੁੱਲੂ ਨਾ 84 ਵਾਲਾ ਦੌਰ ਜਦੋਂ ਯਾਦ ਆਵੇ ਉਦੋਂ ਸਾਡਾ ਖੂਨ ਖੋਲਦਾ ਲੋਕੋ ਮੈਂ ਪੰਜਾਬ ਵਾਲਾ ਯੂਥ ਬੋਲਦਾ ਮੈਂ ਨਹੀਂ ਵਸਣਾ ਪੰਜਾਬ ਮੇਨੀ ਝੂਠ ਬੋਲਦਾ ਕਰੀ ਜੇ ਤਰੱਕੀ ਮੈਨੂੰ ਮਾਰ ਦੇਣਾ ਲੋਕਾਂ ਮੇਰੇ ਇਸ ਲਈ ਮੈਂ ਥੋ ਜਗਾ ਸੇਫ ਟੋਲਦਾ